ਮੈਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਅਸੀਂ ਨਨਕਾਣਾ ਸਾਹਿਬ ਜਾ ਰਹੇ ਹਾਂ ਜੀ ਵੀ ਆਰ ਔਨ ਦੀ ਵੇ ਆਫ ਨਨਕਾਣਾ ਸਾਹਿਬ ਹਾਂਜੀ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਵੀ ਆਰ ਔਨ ਦੀ ਵੇ ਆਫ ਨਨਕਾਣਾ ਸਾਹਿਬ ਫਰੋਮ ਲਾਹੌਰ ਟੂਵਰਡ ਆਰ ਨਨਕਾਣਾ ਸਾਹਿਬ ਐਂਡ ਇਟ ਦਿਸ ਇਜ਼ ਦੀ ਨਿਊ ਮੋਟਰਵੇ ਫਰੋਮ ਲਾਹੌਰ ਟੂ ਮੁਲਤਾਨ ਦੈਨ ਕਰਾਚੀ ਸੋ ਵੀ ਆਰ ਟੂਡੇ ਵੀ ਆਰ ਟਰੈਵਲਿੰਗ ਟੂਵਰਡ ਨਨਕਾਣਾ ਸਾਹਿਬ ਐਂਡ ਯੂ ਆਰ ਵਾਚਿੰਗ ਨਿਊਲੀ ਬਿਲਟ ਕੰਸਟਰਕਟ ਰੋਡ ਬਾਈ ਗਵਰਨਮੈਂਟ ਅਥਾਰਟੀਜ਼ ਆਫ ਪਾਕਿਸਤਾਨ ਇਟਸ ਆ ਸੋ ਬਿਊਟੀਫੁਲ ਸੱਚ ਅ ਨੀਟ ਐਂਡ ਕਲੀਨ ਰੋਡ ਹਾਂਜੀ ਜੀ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਜੀ ਅਸੀਂ ਜਾ ਰਹੇ ਹਾਂ ਨਨਕਾਣਾ ਸਾਹਿਬ ਅੱਜ ਔਰ ਅਚਾਨਕ ਹੀ ਪ੍ਰੋਗਰਾਮ ਬਣਿਆ ਅਤੇ ਆਪਾਂ ਹੁਣ ਅੱਜ ਜਿਹੜੇ ਦਰਸ਼ਨ ਹੈ ਉਹ ਨਨਕਾਣਾ ਸਾਹਿਬ ਦੇ ਕਰਨ ਲਈ ਜਾ ਰਹੇ ਹਾਂ ਜੀ ਔਰ ਵੀ ਆਰ ਔਨ ਦੀ ਵੇ ਆਫ ਨਨਕਾਣਾ ਸਾਹਿਬ ਔਰ ਪਾਕਿਸਤਾਨ ਦਾ ਮੋਟਰਵੇ ਹੈ ਜੀ ਕਿ ਜਿੱਥੋਂ ਅਸੀਂ ਸਮਝ ਲਓ ਕਿ ਹੁਣ ਉਹ ਸਫ਼ਰ ਬਹੁਤ ਹੀ ਸ਼ੋਰਟ ਹੋ ਚੁੱਕਿਆ ਘੱਟ ਹੋ ਚੁੱਕਿਆ ਪਹਿਲੇ ਨਾਲੋਂ ਪਹਿਲੇ ਜਿਹੜਾ ਸੀਗਾ ਕਾਫੀ ਵੱਡਾ ਸਫ਼ਰ ਪੈਂਦਾ ਸੀ ਹੁਣ ਸਾਨੂੰ ਬਿਲਕੁਲ ਛੋਟਾ ਜਿਹਾ ਸਫ਼ਰ ਜਿਹੜਾ ਹੈ ਉਹ ਪੈ ਗਿਆ ਥੈਂਕਸ ਆਲ ਆਫ ਯੂ ਸਾਰਿਆਂ ਦਾ ਜੁੜਨ ਦਾ ਬਹੁਤ ਬਹੁਤ ਸ਼ੁਕਰੀਆ ਜੀ ਪਿਆਰ ਭਰਾ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਐਂਡ ਆਦਾਬ ਮੈਂ ਜਵਾਬ ਨਹੀਂ ਸੀ ਦੇ ਰਿਹਾ ਕਿਉਂਕਿ ਸਮਨ ਇਜ਼ ਕਾਲਿੰਗ ਔਨ ਫੋਨ ਅਤੇ ਤੁਹਾਨੂੰ ਪਤਾ ਕਿ ਫਿਰ ਉਹ ਉੱਦਾਂ ਕਰਨਾ ਪੈਂਦਾ ਥੈਂਕ ਯੂ ਥੈਂਕਸ ਬਹੁਤ ਜ਼ਿਆਦਾ ਜਲਦੀ ਲੋਕ ਜੁੜ ਰਹੇ ਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਪਿਆਰ ਮੁਹੱਬਤ ਜੀ ਬਿਲਕੁਲ ਜੀ ਤਕਰੀਬਨ 550 ਸਾਲ ਦਾ ਜਸ਼ਨ ਜਿਵੇਂ ਜਿਵੇਂ ਨੇੜੇ ਆ ਰਿਹਾ ਵਾ ਪੂਰੇ ਖਾਲਸਾ ਪੰਥ ਜਿੰਨਾ ਵੀ ਆ ਸੰਗਤਾਂ ਦੇ ਦਿਲ ਦੀ ਧੜਕਣ ਜਿਹੜੀ ਆ ਉਹ ਨਨਕਾਣਾ ਸਾਹਿਬ ਵਾਸਤੇ ਧੜਕ ਰਹੀ ਆ ਵੀ ਕੈਨ ਅੰਡਰਸਟੈਂਡ ਅਬਾਊਟ ਦੈਟ ਉਹ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਮੈਂ ਨਗਰ ਕੀਰਤਨ ਦੇ ਉੱਤੇ ਲੈ ਕੇ ਆਵਾਂ ਰੇਡੀਓ ਸਾਡੇ ਵਾਲਾ ਤੋਂ ਸਾਡਾ ਪਲੈਨ ਵੀ ਹੈ ਲੇਕਿਨ ਬਿਫੋਰ ਦਾ ਟਾਈਮ ਕੁਛ ਨਹੀਂ ਹਲੇ ਕਹਿ ਸਕਦਾ ਕਿਉਂਕਿ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਦੀਦਾਰੇ ਭਰਨ ਵਾਸਤੇ ਪਾਕਿਸਤਾਨ ਪਹੁੰਚ ਰਹੀਆਂ ਅਤੇ ਉਹਨਾਂ ਦੇ ਨਾਲ ਵੀ ਕਿਸੇ ਨੇ ਟੁਰਨਾ ਹੈ ਅਤੇ ਹਰ ਇੱਕ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੋਈ ਵੀ ਐਕਸਪਰਟ ਬੰਦਾ ਜਿਹੜਾ ਵਾ ਉਹਨਾਂ ਦੇ ਨਾਲ ਹੋਵੇ ਤਾਂ ਕਿ ਪ੍ਰੋਪਰ ਤਰੀਕੇ ਨਾਲ ਗਾਈਡ ਕੀਤਾ ਜਾ ਸਕੇ ਪ੍ਰੋਪਰ ਤਰੀਕੇ ਨਾਲ ਹਿਸਟਰੀ ਨੂੰ ਜਿਹੜਾ ਬਰੀਫ ਕੀਤਾ ਜਾ ਸਕੇ ਥੈਂਕ ਯੂ ਰਿਸ਼ਪਾਲ ਜੀ ਥੈਂਕ ਯੂ ਯੂ ਆਰ ਵੈਲਕਮ ਦਲਵੀਰ ਪੰਨੂ ਜੀ ਲਓ ਜੀ ਪੰਨੂ ਸਾਹਿਬ ਹੈਰੀਵੀਰ ਜੀ ਸਿੰਘ ਐਂਡ ਹਰਸਾ ਕੀ ਲਵਲੀ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਇਮਰਾਨ ਭਾਈ ਜੀ
ਤੇ ਮੈਨੂੰ ਤਾਂ ਤੁਸੀਂ ਜਾਣਦੇ ਹੀ ਹੋ ਵੇਖ ਵੇਖ ਕੇ ਤੰਗ ਹੀ ਪੈ ਗਏ ਹੋਣੇ ਮੇਰਾ ਮੂੰਹ ਤੇ ਇੰਨਾ ਮੈਂ ਤੁਹਾਨੂੰ ਖਾਇਆ ਆਪਣਾ ਆਪ ਹਾਂਜੀ ਜੀ ਆ ਲਓ ਜੀ ਮੈਂ ਵੀ ਆ ਗਿਆ ਜੀ ਲਓ ਜੀ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਫਰੋਮ ਪਾਕਿਸਤਾਨ ਤੇ ਔਰ ਉਮੀਦ ਕਰਦਾ ਹਾਂ ਸਾਰੇ ਠੀਕ ਕੀ ਕਹਿੰਦੇ ਨੇ ਕਿ ਦਿਨ ਚੜ੍ਹੇ ਆ ਤੇਰੇ ਰੰਗ ਵਰਗਾ 43 KM ਨਨਕਾਣਾ ਸਾਹਿਬ ਜਿਹੜਾ ਬਿਲਬੋਰਡ ਹੈ ਉਹ ਦੱਸ ਰਿਹਾ ਹੈ ਲੈਫਟ ਰਾਈਟ ਦੇ ਉੱਤੇ ਸੇਮ ਲਾਈਕ ਆ ਪੰਜਾਬ ਗ੍ਰੀਨ ਫੀਲਡਸ ਨੇ ਰਾਈਸ ਕ੍ਰੋਪਸ ਹੈ ਕਿਤੇ ਕਿਤੇ ਬਾਜਰਾ ਲੱਗਾ ਕਿਤੇ ਕਿਤੇ ਚਰਈ ਲੱਗੀ ਹੋਈ ਹੈ ਉਹਦੇ ਉੱਤੇ ਤੁਸੀਂ ਲਾਈਵ ਦੇਖ ਸਕਦੇ ਹੋ ਹੁਣੇ 102 ਪੀਪਲ ਆਰ ਵਾਚਿੰਗ ਲਾਈਵ ਹਾਂਜੀ ਜੀ ਅਸੀਂ ਇੱਕ ਵਾਰੀ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਔਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਆਰ ਟਰੈਵਲਿੰਗ ਫਰੋਮ ਲਾਹੌਰ ਟੂਵਰਡ ਆਪਣਾ ਸ਼ੇਖੋਪੁਰਾ ਤੋਂ ਹੁੰਦੇ ਹੋਏ ਮੋਟਰਵੇ ਤੋਂ ਅਸੀਂ ਜਾ ਰਹੇ ਹਾਂ ਨਨਕਾਣਾ ਸਾਹਿਬ ਸੋ ਅਮੇਜ਼ਿੰਗ ਬੜਾ ਵਧੀਆ ਲੱਗ ਰਿਹਾ ਹੈ ਹਾਂਜੀ ਜੀ 101 ਫ੍ਰੀਵੇ ਹੈ ਜੀ ਦਲਵੀਰ ਜੀ ਬਿਲਕੁਲ ਠੀਕ ਕਹਿ ਰਹੇ ਹੋ ਬੜੇ ਅਰਸੇ ਬਾਅਦ ਤੁਸੀਂ ਮੇਰੀ ਲਾਈਵ ਵੀਡੀਓ ਤੋਂ ਜੁੜੇ ਹੋ ਜੀ ਮੈਂ 3 ਸਾਲ ਪਹਿਲੇ ਜੀ ਦਲਵੀਰ ਸਾਹਿਬ ਨੇ ਮੈਨੂੰ ਲਾਈਵ ਜਾਣਾ ਸਿਖਾਇਆ ਸੀਗਾ ਕਿ ਕਿੱਦਾਂ ਲਾਈਵ ਜਾਈਦਾ USA ਦੇ ਵਿੱਚ ਕੈਲੀਫੋਰਨੀਆ 'ਚ ਸੈਨ ਫਰਾਂਸਿਸਕੋ ਦੇ ਵਿੱਚ ਆਪਾਂ ਲਾਈਵ ਜਾਣਾ ਸਿੱਖਿਆ ਸੀ ਸਭ ਤੋਂ ਪਹਿਲੇ ਉਸ ਤੋਂ ਪਹਿਲੇ ਲਾਈਵ ਦਾ ਨਹੀਂ ਸੀ ਪਤਾ ਨਾ ਹੀ ਪਾਕਿਸਤਾਨ ਦੇ ਵਿੱਚ ਟੈਕਨੋਲੋਜੀ ਹੈਗੀ ਸੀ ਹਾਂਜੀ ਜੀ ਨਵਦੀਪ ਜੀ ਜੀ ਆਇਆਂ ਨੂੰ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਮਨਜੋਤ ਜੀ ਸਤਿ ਸ਼੍ਰੀ ਅਕਾਲ ਜੀ ਕਮਲਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਬੁਲਾਇਆ ਮੈਂ ਪਹਿਲੇ ਸਤਿ ਸ਼੍ਰੀ ਅਕਾਲ ਅਸਲਾਮ ਅਲੈਕੁਮ ਆਦਾਬ ਸਾਰੇ ਭੈਣ ਭਰਾਵਾਂ ਨੂੰ ਜੀ ਸਾਰਿਆਂ ਲਈ ਹੈ ਅਤੇ ਸੋ ਤੁਸੀਂ ਦੇਖ ਰਹੇ ਹੋ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਹੋਏਗਾ ਥੈਂਕ ਯੂ ਸਤਵਿੰਦਰ ਵੀਰ ਜੀ ਨਵਦੀਪ ਗਿੱਲ ਜੀ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਨਿਊਜ਼ੀਲੈਂਡ ਦੀ ਧਰਤੀ ਤੋਂ ਬਾਕੀ ਸਾਰੇ ਮੇਰੇ ਈਸਟ ਪੰਜਾਬ ਵਾਲੇ ਭਰਾ ਔਰ ਜਿਹੜੀਆਂ ਸੰਗਤਾਂ USA ਤੋਂ ਜੁੜੀਆਂ ਨੇ ਇੰਗਲੈਂਡ ਤੋਂ ਜੁੜੀਆਂ ਨੇ ਤਮਾਮ ਦਾ ਬਹੁਤ ਬਹੁਤ ਸ਼ੁਕਰੀਆ ਔਰ ਫਿਰ ਮੈਂ ਇਹੀ ਕਹਾਂਗਾ ਕਿ ਪਿਆਰ ਮੁਹੱਬਤ ਸੁੱਖ ਸ਼ਾਂਤੀ ਅਮਨ ਭਾਈਚਾਰਾ ਜਿਹੜਾ ਮੈਸੇਜ ਸੀਗਾ ਉਹੀ ਮੈਸੇਜ ਹੈ ਫੋਰ ਐਵਰ ਮੇਰਾ ਤਾਂ ਉਹੀ ਰਹੇਗਾ ਹਮੇਸ਼ਾ ਲੇਕਿਨ ਪਲੀਜ਼ ਨਾਲ ਦੀ ਨਾਲ ਜਿਹੜਾ ਵਾ ਛੋਟੀਆਂ ਛੋਟੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਔਨਲਾਈਨ ਲੋਕ ਬਹੁਤ ਕੁਐਸਚਨ ਕਰਦੇ ਆ ਅਤੇ ਸੇਮ ਟਾਈਮ ਤੁਹਾਨੂੰ ਪਤਾ ਵਾ ਕਿ ਮੈਂ ਜਵਾਬ ਨਹੀਂ ਦੇ ਸਕਦਾ ਕੁਛ ਟੋਪਿਕਸ ਐਸੇ ਹੁੰਦੇ ਨੇ ਜਿਨ੍ਹਾਂ ਦਾ ਔਨਲਾਈਨ ਜਵਾਬ ਦੇਣਾ ਔਖਾ ਹੁੰਦਾ ਔਰ ਇਨਬੋਕਸ ਲੋਕਾਂ ਦੇ ਬਹੁਤ ਕੁਐਸਚਨ ਆਉਂਦੇ ਆ ਲੇਕਿਨ ਇਹ ਕੀ ਕਹਿੰਦੇ ਆ ਕਿ ਢਿੱਡ ਵੀ ਦੇਖਣਾ ਰੋਟੀ ਵੀ ਖਾਣੀ ਹੈ ਬੱਚੇ ਵੀ ਪਾਲਣੇ ਆ ਸੋ ਸਾਰਾ ਕੁਝ ਦੇਖਣਾ ਪੈਂਦਾ ਅਤੇ ਸੋ ਇੱਕ ਟਾਈਮ 'ਚ ਸਾਰਾ ਕੁਝ ਪੋਸੀਬਲ ਨਹੀਂ ਹੁੰਦਾ ਮੈਨੂੰ ਪਤਾ ਜਗਤ ਸੰਗਤ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਮੈਂ ਵੀ ਉਹਨਾਂ ਨਾਲ ਉਨਾ ਹੀ ਪਿਆਰ ਕਰਦਾ ਹੋ ਸਕਦਾ ਉਹਨਾਂ ਤੋਂ ਬਹੁਤਾ ਹੀ ਕਰਦਾ ਹਾਂ ਲੇਕਿਨ ਫਿਰ ਵੀ ਚਲੋ ਤੁਹਾਨੂੰ ਗ੍ਰੀਨ ਫੀਲਡਸ ਦਿਖਾਵਾਂ ਲਓ ਜੀ ਆਹ ਰੋਡ ਸਾਈਡ ਗ੍ਰੀਨ ਫੀਲਡਸ ਆ ਗਏ ਮੇਰਾ ਵਸਦਾ ਪੰਜਾਬ ਸਦੀਆਂ ਤੋਂ ਵਸਦਾ ਪੰਜਾਬ ਲੋਕਾਂ ਨੂੰ ਚੁੱਭਦਾ ਪੰਜਾਬ ਤਾਂ ਹੀ ਤਾਂ ਚੁੱਭਦਾ ਵਾ ਹੱਸਦਾ ਵਸਦਾ ਹੈ ਨਾ ਤਾਂ ਹੀ ਚੁੱਭਦਾ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਪੰਨੂ ਜੀ ਕੀ ਗੱਲ ਆ ਤੁਸੀਂ ਉਂਗਲੀ ਲਾ ਕੇ ਚੈੱਕ ਕੀਤੀ ਸੀ ਕਿ ਮਲਾਈ ਵਰਗੀ ਰੋਡ ਆ ਕਹਿੰਦੇ ਕਿ ਬੜੀ ਸਿਲਕੀ ਜਿਹੀ ਰੋਡ ਆ ਮੈਂ ਕਿਹਾ ਲਾ ਕੇ ਚੈੱਕ ਕੀਤੀ ਸੀ ਭਾਜੀ ਦੱਸੋ ਤਾਂ ਸਹੀ ਜੀ ਭਾਜੀ ਹੁਣ ਬਾਬਾ ਨਾਨਕ ਦੇ ਸ਼ਰਧਾਲੂ ਭਾਈ ਸਾਰੇ VIP ਆ ਤਾਂ ਰੋਡ ਵੀ ਤਾਂ VIP ਹੋਣੀ ਆ ਹੁਣ ਉਹਨਾਂ ਲਈ ਯੈਸ ਦਿਸ ਇਜ਼ ਦੀ ਬਿਊਟੀ ਆਫ ਅਵਰ ਲਾਸਟ ਗਵਰਨਮੈਂਟ PMLN ਨੇ ਆਹ ਜਿਹੜੇ ਰੋਡ ਕੰਸਟਰਕਟ ਕੀਤੇ ਆ ਇਹ ਤਾਂ ਬਹੁਤ ਹੀ ਥੈਂਕ ਯੂ ਜੀ ਤੁਹਾਡਾ ਵੀ ਲਾਈਵ ਦੇਖਣ ਦਾ ਸਾਰਿਆਂ ਦਾ ਤੁਹਾਨੂੰ ਵੀ ਲਾਈਵ ਦੇਖਣ ਦਾ ਬਹੁਤ ਸ਼ੁਕਰੀਆ ਤੁਸੀਂ ਵੀ ਦੇਖ ਰਹੇ ਹੋ ਜਿਹੜਾ ਥੈਂਕ ਯੂ ਜੀ ਪਵਿੰਦ ਪਾਈਂਦਾਬਾਦ ਪਾਈਂਦਾਬਾਦ ਜੀ
Thank you. You're watching. थैंक यू जी सारे ने देखने का बहुत शुक्रिया मेरा ख्याल है हम चलना चाहिए ठीक है जी रब रखा जी अपना ध्यान रखियो अपने लागे रहने वाले ने सारे का ध्यान रखो प्यार वंडो ठीक है जी नफरत खत्म करो भाईचारा बधाओ आपस में ठीक है जी बहुत शुक्रिया सिख मुस्लिम फ्रेंडशिप जिंदाबाद